ਪਹਿਲਾਂ ਤੋਂ ਥੈਂਕਸ ਆ ਜੀ, ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਮੇਰੇ ਲਈ, ਬਹੁਤ ਮਿਹਰਬਾਨੀ ਤੁਹਾਡੀ। ਸੋ ਨਵਾਂ ਗਾਣਾ ਜੀ ਅੱਜ ਰਿਲੀਜ਼ ਕਰ ਰਹੇ, ਅੱਜ ਹੋਇਆ ਜੀ, ਕਿੰਨਾ ਪਿਆਰ, ਇਹਨੂੰ ਸਿੰਘਜੀਤ ਬਾਈ ਨੇ ਲਿਖਿਆ ਅਤੇ ਜੀ ਗੁਰੀ ਬਾਈ ਨੇ ਮਿਊਜ਼ਿਕ ਦਿੱਤਾ। ਐਨਾਲੋਗਸ ਰਿਕਾਰਡ ਦੇ ਮਾਲਕ ਨਰੇਸ਼ ਜੀ ਨੇ, ਮੁਖਤਿਆਰ ਜੀ ਨੇ, ਸਵਪਨਲ ਜੀ ਨੇ ਇਹਨਾਂ ਨੂੰ ਰਿਲੀਜ਼ ਕੀਤਾ। ਸੋ ਇਹਦਾ ਵੀਡੀਓ ਟਰੂ ਮੇਕਰ ਜੀ ਨੇ ਕੀਤਾ। ਸੋ ਅੱਜ ਰਿਲੀਜ਼ ਹੋ ਰਿਹਾ, ਆਸ ਕਰਦੇ ਹਾਂ ਕਿ ਇਹ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਖਰਾ ਸਾਬਤ ਹੋਵੇਗਾ। ਡਿਫਰੈਂਟ ਕੁਛ ਨਹੀਂ ਹੈ ਭਾਅ ਜੀ, ਬਸ ਮੈਸੇਜ ਇਹਦੇ ਵਿੱਚ ਇਹੀ ਹੈ ਕਿ ਹਸਬੈਂਡ ਵਾਈਫ ਦੇ ਪਿਆਰ ਦੀ ਗੱਲ ਆ। ਉਹ ਵਾਈਫ ਸ਼ੱਕ ਜੇ ਸਵਾਲ ਵਾਲੀ ਆ, ਉਹ ਮੈਨੂੰ ਇਹ ਕਹਿੰਦੀ ਆ ਵੀ ਆਪਣੇ ਹਸਬੈਂਡ ਨੂੰ ਤੂੰ ਕਿ ਮੈਨੂੰ ਪਿਆਰ ਨਹੀਂ ਕਰਦਾ। ਉਹ ਫਿਰ ਉਹੀ ਕਹਿ ਰਿਹਾ ਕਿ ਤੂੰ ਟੈਨਸ਼ਨ ਨਾ ਲੈ, ਮੇਰੀ ਜ਼ਿੰਦਗੀ 'ਚ ਤੂੰ ਹੀ ਹੈ, ਮੈਂ ਤੈਨੂੰ ਪਿਆਰ ਬਹੁਤ ਕਰਦਾ। ਸੋ ਪਿਆਰ ਦੀ ਗੱਲ ਹੈ, ਮੁਹੱਬਤ ਦੀ ਗੱਲ ਹੈ। ਹੋ ਬਹਿਮਣ ਜਿਹੀ ਹੋ ਗਈ ਆ ਮੇਰੇ ਕਰਕੇ ਚੰਦਰੀ ਜਿਹੀ, ਉਹ ਗੱਲ ਗੱਲ 'ਤੇ ਖੜ ਜਾਵੇ ਅੱਖ ਭਰ ਕੇ ਚੰਦਰੀ ਜਿਹੀ, ਉਹ ਰੱਬ ਜਾਣਦਾ ਏ ਤੂੰ ਕੀ ਏ ਮੇਰੇ ਲਈ, ਇਹ ਮਹਿਲ ਮੁਹੱਬਤ ਦਾ ਗੱਲਾਂ ਨਾਲ ਚਿਣਿਆ ਨਹੀਂ। ਉਹ ਮੈਨੂੰ ਪੁੱਛਦੀ ਰਹਿੰਦੀ ਆ ਮੈਨੂੰ ਕਿੰਨਾ ਪਿਆਰ ਕਰੇ, ਮੈਂ ਹੱਸ ਕੇ ਕਹਿ ਦੇਵਾਂ ਉਹ ਕਦੇ ਗਿਣਿਆ ਮਿਣਿਆ ਨਹੀਂ। ਬਿਲਕੁਲ ਜੀ, ਬੇੜਿਆ ਤੂੰ ਅੜੀਆਂ ਤੇ ਅੜਿਆ ਅੱਲੜ ਦੀ ਜਾਨ ਤੇ ਬਣੀ, ਬੇੜਿਆ ਤੂੰ ਅੜੀਆਂ ਤੇ ਅੜਿਆ ਅੱਲੜ ਦੀ ਜਾਨ ਤੇ ਬਣੀ। ਥੈਂਕ ਯੂ। ਹੋ ਮੇਰੇ ਪਿੰਡ ਦੇ ਮੋੜ ਤੇ ਟਾਲੀ ਸੀ, ਉਹ ਜਿਹਦੀ ਵਗਦੀ ਹਵਾ ਨਿਰਾਲੀ ਸੀ, ਇੱਕ ਕੁੜੀ ਆਰਾ ਤੇ ਮਰਦੀ ਸੀ, ਮਰ ਜਾਣੀ ਦਾ ਨਾ ਪਾਲੀ ਸੀ। ਮੇਰੇ ਪਿੰਡ ਦੇ ਮੋੜ ਤੇ ਟਾਲੀ ਸੀ, ਉਹ ਜਿਹਦੀ ਵਗਦੀ ਹਵਾ ਨਿਰਾਲੀ ਸੀ। ਗਾਣੇ ਭਾਅ ਜੀ ਮੈਨੂੰ ਲੱਗਦਾ ਵੀ 50-60 ਗਾ ਚੁੱਕੇ ਆ, ਅਤੇ ਜੇ ਰੱਬ ਦੀ ਮਿਹਰ ਰਹੀ ਇਸੇ ਤਰ੍ਹਾਂ ਇਹ ਸਿਲਸਿਲਾ ਬਰਕਰਾਰ ਰਹੇਗਾ। ਇਹ ਲਾਈਨ 'ਚ ਬਸ ਜੀ ਬਚਪਨ ਤੋਂ ਗਾਉਣ ਦਾ ਸ਼ੌਂਕ ਸੀ, ਮਿਊਜ਼ਿਕ ਨੂੰ ਸੁਣਨ ਦਾ ਸ਼ੌਂਕ ਸੀ, ਬਸ ਉਹ ਸ਼ੌਂਕ ਇਸ ਫੀਲਡ ਦੇ ਵੱਲ ਨੂੰ ਮੋੜ ਲਿਆ। ਆਈ ਥਿੰਕ ਸੋ ਮੈਂ ਅਸੀਂ 10ਵੀਂ 'ਚ ਵਿੱਚ ਪਹਿਲਾਂ ਪੜ੍ਹਦੇ ਹੁੰਦੇ ਸੀ ਸਕੂਲ ਦੇ ਵਿੱਚ, ਉਦੋਂ ਤੋਂ ਸਟਾਰਟ ਕੀਤਾ। ਉਸ ਤੋਂ ਬਾਅਦ ਮੈਂ ਜਦੋਂ ਫਿਰ ਜਲੰਧਰ ਖਾਲਸਾ ਕਾਲਜ ਐਡਮਿਸ਼ਨ ਲਈ, ਖਾਲਸਾ ਕਾਲਜ ਦੇ ਵਿੱਚ ਪੜ੍ਹਦੇ ਪੜ੍ਹਦੇ ਫਿਰ ਇਹ ਸ਼ੌਂਕ ਪ੍ਰੋਫੈਸ਼ਨਲੀ ਤਰੀਕੇ ਨਾਲ ਬਦਲ ਗਿਆ ਜੀ। ਨਹੀਂ, ਮੇਰਾ ਪਿੰਡ ਬੈਲਗਾ ਜੀ, ਨੂਰ ਮਹਿਲ ਦੇ ਲਾਗੇ, ਇਤਿਹਾਸਿਕ ਪਿੰਡ, ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਨਗਰੀ। ਪਹਿਲਾਂ ਤਾਂ ਨਹੀਂ ਜੀ, ਹੁਣ ਕਰਦੇ ਹਾਂ, ਪਹਿਲਾਂ ਨਹੀਂ ਹੁਣ ਕਰਦੇ ਹਾਂ। ਨਹੀਂ, ਮੇਰੇ ਦਾਦਾ ਜੀ ਸਵਰਗੀ ਸਰਦਾਰ ਕਰਤਾਰ ਸਿੰਘ ਜੀ, ਐਕਚੁਲੀ ਮੈਨੂੰ ਅਹੁਜਾ ਸਾਹਿਬ ਦੇ ਕੋਲ ਉਹਨਾਂ ਨੇ ਭੇਜਿਆ, ਅਤੇ ਮੈਂ ਉਹਨਾਂ ਦੀ ਬਦੌਲਤ ਅੱਜ ਹਾਂ ਜੋ ਵੀ। ਮਾਤਾ ਜੀ ਅਤੇ ਉਹ ਕਹਿੰਦੇ ਸੀ ਕਿ ਮੁੰਡਾ ਜੱਟਾਂ ਦੇ ਆ, ਤਾਂ ਇਹ ਹੁੰਦਾ ਕਿ ਮੁੰਡਾ ਜਾਂ ਤਾਂ ਬਾਹਰ ਚੱਲ ਜਾਵੇ ਜਾਂ ਇੱਥੇ ਖੇਤੀਬਾੜੀ ਕਰ ਲਵੇ। ਸੋ ਪਹਿਲਾਂ ਸੀ, ਬਟ ਇਹ ਫੀਲਡ ਦੀ ਬਦੌਲਤ ਮੈਂ ਦੇਸ਼ਾਂ ਵਿਦੇਸ਼ਾਂ 'ਚ ਸਾਰੀ ਜਗ੍ਹਾ ਘੁੰਮ ਕੇ ਆਇਆ। ਬਿਲਕੁਲ ਜੀ, ਖੇਤੀਬਾੜੀ ਮੈਂ ਆਪ ਹੀ ਕਰਦਾ, ਹੁਣ ਵੀ ਕਰਦਾ। ਸ਼ੁਕਰੀਆ। ਮੈਸੇਜ ਕੁਛ ਨਹੀਂ ਜੀ, ਬਸ ਪੰਜਾਬੀ ਬੋਲੋ, ਬਸ ਉਹਨਾਂ ਨੂੰ ਬੇਨਤੀ ਇਹੀ ਆ ਕਿ ਸਿੱਖ ਕੇ ਆਓ ਜੀ ਇਸ ਫੀਲਡ ਦੇ ਵਿੱਚ, ਪੰਜਾਬੀ ਬੋਲੋ, ਪੰਜਾਬੀ ਪੜ੍ਹੋ, ਪੰਜਾਬੀ ਹੋਣ 'ਤੇ ਮਾਣ ਮਹਿਸੂਸ ਕਰੋ। ਥੈਂਕ ਯੂ ਬ੍ਰਦਰ।